ਅੱਜ ਮੇਰੇ ਗੋਡ ਵਾਲੇ ਚਾਵਲ ਕੈਸੇ ਲੱਗੇ ਨੇ, ਕਮੈਂਟ ਵੀ ਕਰਿਓ, ਸ਼ੇਅਰ ਵੀ ਕਰਿਓ, ਲਾਇਕ ਵੀ ਕਰਿਓ। ਸਲਾਮ ਜੀ, ਸਲਾਮ ਅਲੈਕੁਮ। ਉਮੀਦ ਹੈ ਸਾਰੇ ਭੈਣ ਭਰਾ ਠੀਕ ਹੋਵੋਗੇ। ਅੱਜ ਨਾ ਅਸੀਂ ਬਣਾਵਾਂਗੇ ਗੁੜ ਵਾਲੇ ਚਾਵਲ। ਸਭ ਤੋਂ ਪਹਿਲਾਂ ਪਾਵਾਂਗੇ ਪਾਣੀ, ਵਿੱਚ ਰੱਖਾਂਗੇ ਗੁੜ। ਹੁਣ ਪਾਣੀ ਖੋਲ ਜਾਏਗਾ ਤੇ ਫਿਰ ਇਹਨੂੰ ਪੁਣ ਕੇ ਤੇ ਚੌਲ ਪਾਵਾਂਗੇ। ਹੁਣ ਪਾਵਾਂਗੇ ਘਿਓ, ਤੜਕਾ ਲਾਵਾਂਗੇ। ਥੋੜ੍ਹਾ ਜਿਹਾ ਪਿਆਜ਼ ਵੀ ਪਾਵਾਂਗੇ, ਗਰਮ ਬਣ ਜਾਏਗਾ। ਪਾਣੀ ਰੱਖਿਆ ਨਾ, ਲੱਗਦਾ ਉਹ ਹੁਣ ਪਿਆਜ਼ ਭੁੱਜ ਜਾਂਦਾ ਨਾ, ਅਤੇ ਫਿਰ ਵਿੱਚ ਪਾਵਾਂਗੇ ਭੁਣ ਕੇ। ਇਹ ਗੁੜ ਵਾਲਾ ਪਾਣੀ ਨਾ, ਅਤੇ ਹੁਣ ਭੁਣ ਕੇ ਪਾਵਾਂਗੇ ਇਹਦੇ ਵਿੱਚ। ਪਾਵਾਂਗੇ ਗੁੜ ਵਾਲਾ ਜਿਹੜਾ ਨਹੀਂ, ਜਿਹੜਾ ਮੈਂ ਉਬਾਲਿਆ ਗੁੜ ਪਾ ਕੇ, ਤਾਂ ਹੁਣ ਪਾਉਣ ਕੇ ਪਾਵਾਂਗੇ। ਥੱਲੇ ਮੈਲਾ ਦੇ ਮਿੱਟੀ ਪੈਂਦੀ ਹੈ, ਇਸ ਮਾਰਿਆਂ ਪਾਉਂਦੇ ਨੇ ਤਾਂ ਬਾਕੀ ਦਾ ਵੀ ਗੰਦਾ ਪਾਣੀ ਆ, ਮਿੱਟੀ ਆ। ਇਹ ਗਿਰੀ ਇਹ ਵੀ ਨਾਲ ਹੀ ਸੁੱਟ ਦੇਣ ਲੱਗੇ ਨਾ, ਜਿਹੜਾ ਵੀ ਨਰਮ ਹੋ ਜਾਏਗੀ। ਇਹ ਮੇਵਾ ਇਹ ਵੀ ਨਾਲ ਹੀ ਸੁੱਟ ਦਿੱਤਾ ਨਾ, ਧੋਵਾਂ ਜਦ ਸਹੀ ਤਰ੍ਹਾਂ ਗਲ ਜਾਏਗਾ ਚੌਲ ਪਾਵਾਂਗੇ ਤੇ ਚੌਲ ਪੱਕ ਜਾਣਗੇ। ਬਸ ਮੇਰਾ ਖੋਲ ਗਿਆ ਨਾ, ਹੁਣ ਪਾਵਾਂਗੇ ਥੋੜ੍ਹਾ ਜਿਹਾ ਨਮਕ, ਜਿਹੜਾ ਸਵਾਦ ਬਦਲ ਜਾਂਦਾ ਨਾ ਮੇਰਾ, ਫਿਰ ਮਿੱਠਾ ਮਿੱਠਾ ਲੱਗਦਾ ਰਹਿੰਦਾ। ਹੁਣ ਪਾਵਾਂਗੇ ਚਾਵਲ, ਬਸ ਥੋੜ੍ਹਾ ਜਿਹਾ ਹੁਣ ਦਮ ਤੇ ਲਾਵਾਂਗੇ ਕਣੀ ਤੇ। ਬਸ ਥੋੜ੍ਹੀ ਦੇਰ ਅੱਗੇ ਵੀ ਗਲ ਗਏ ਨੇ ਤੇ ਸੁੱਕ ਗਿਆ ਪਾਣੀ।
ਅੱਜ ਮੇਰੇ ਗੋਡ ਵਾਲਿਆਂ ਨੂੰ ਚਾਵਲ ਕੈਸੇ ਲੱਗੇ ਨੇ, ਕਮੈਂਟ ਵੀ ਕਰਿਓ, ਸ਼ੇਅਰ ਵੀ ਕਰਿਓ, ਲਾਇਕ ਵੀ ਕਰਿਓ। ਅੱਜ ਦੀ ਵੀਡੀਓ ਇੰਨੀ ਸੀ, ਕੱਲ੍ਹ ਫਿਰ ਮਿਲਾਂਗੇ। ਖੁਸ਼ ਰਹੋ, ਆਬਾਦ ਰਹੋ, ਆਪਣਾ ਵੀ ਖਿਆਲ ਰੱਖਿਓ। ਖੁਦਾ ਹਾਫਿਜ਼।